ਦਾ ਮੈਦਾਨ ਜ਼ਿਹਨ ਚ ਰੱਖ ਕੇ ਮੈਂ ਪਿਆ ਦਾ ਪੰਜ ਨਾਮ ਪੈਂਤਨ ਪਾਕ ਦੇ ਪੰਜ ਨਾਮ ਪੈਂਤਨ ਪਾਕ ਦੇ ਸਵਾ ਲੱਖ ਦਾ ਐਲਾਨ ਖੁੰਮੇ ਗਦੀਰ ਦਾ ਮੈਦਾਨ ਅਲੀ ਹੱਕ ਦਾ ਇਮਾਮ ਮੁਹੰਮਦ ਮੁਸਤਫਾ ਦਾ ਫਰਮਾਨ ਨਾਰਾਏ ਹੈਦਾਰੀ بسم اللہ الرحمن الرحیم اللہم کن لولی جی کل حجت ابن الحسن عسکری علیہ الصلوۃ والسلام صلوات علیہ وعلا آبائہ فی حاضر ساعت و فی کل لحظہ ولیم و حافظم قائدم و ناصر دلیلم وعینن حتی تسکنہ ارزکا تون وتمتعہ فیہا طویلا یا رب محمد وعال محمد وعجل فرجہم وسعہ مخرجہ صلوات اعوذ باللہ من الشیطان الرجیم بسم اللہ الرحمن الرحیم صلوات الحمد للہ الصلات والسلام على من كان نبيا وآدم بين الماء والتين صلوات صاحب داود والمیرا سیدنا و شفیع ذنوبنا و بالقاسم محمد المصطفی و اشرف الانبیاء والمرسلین اونچی صلوات دعا کرداں ਭਾਈਆਂ ਦੀ ਮਿਹਨਤ ਕੋਸ਼ਿਸ਼ ਫੋੜੀ ਵਿਛਾਈ ਖਰਚ ਖਰਾਜਾਤ ਨਜ਼ਰ ਨਿਆਜ਼ ਮਾਲਿਕ ਆਪਣੀ ਬਾਰਗਾਹ ਵਿੱਚ ਕਬੂਲ ਫਰਮਾ ਔਰ ਸਾਡੇ ਬਜ਼ੁਰਗ ਮਰਹੂਮ ਬਾਬਾ ਗੁਲਜ਼ਾਰ ਹੁਸੈਨ ਦੇ ਮਾਲਿਕ ਦਰਜਾਤ ਬੁਲੰਦ ਫਰਮਾ ਇਸ ਖਾਨਦਾਨ ਦੇ ਜਿਤਨੇ ਅਫਰਾਦ ਮਰਹੂਮੀਨ ਹਨ ਮੌਲਾ ਉਹਨਾਂ ਨੂੰ ਜੰਨਤੁਲ ਫਿਰਦੌਸ ਵਿੱਚ ਮਕਾਮ ਬੁਲੰਦ ਅਤਾ ਤੁਸੀਂ ਸਾਰੇ ਇੱਜ਼ਤ ਵਾਲੇ ਮੋਮਨੀਨ ਮੋਮਨਾਤ ਸਾਦਾਤ ਗੈਰ ਸਾਦਾਤ ਦਾ ਦਰਬਾਰੇ ਆਲੀਆ ਚਟੋਰਾਇਆ ਮਾਲਿਕ ਕਬੂਲ ਫਰਮਾ ਕੋਈ ਮੋਮਿਨ ਉਸ ਵਕਤ ਤੱਕ ਮੌਤ ਨਾ ਵੇਖੇ ਜਬ ਤੱਕ ਉਹ ਚੌਡਾਂ ਦਾ ਜ਼ਵਾਰ ਨਾ ਬਣ ਜਾਏ ਖਜ਼ਾਨੇ ਗਏ ਵਿੱਚੋਂ ਮਾਲਿਕ ਹਰ ਮੋਮਿਨ ਦੀ ਮਦਦ ਫਰਮਾਵੇ ਅਲੀਨ ਵਲੀਉੱਲਾ ਪੜ੍ਹਨ ਵਾਲਿਆਂ ਨੂੰ ਕਿਸੇ ਦਾ ਮੁਹਤਾਜ ਨਾ ਕਸੀਦਾ ਪੜ੍ਹਦਾ ਮਾਸ਼ਾ ਅੱਲਾ ਸੁਬਾਹ ਦੀ ਮਜਲਿਸ ਸ਼ੁਰੂ ਹੋਏ ਸਾਰਾ ਦਿਨ ਮੌਲਾ ਦੇ ਬੜੇ 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 ਜ਼ਾਕਰੀ ਬੜੇ ਬੁਲਬੁਲ ਪੜ ਗਏ ਅਜੇ ਚਾਰ ਪੰਜ ਜ਼ਾਕਰ ਹਨ ਜੀ ਪੜੀ ਕਸੀ ਅਮਲਾ ਦੇ ਮੇਯਾਰ ਤੇ ਨਾ ਹੈ ਹੈਦਰ ਲਾਂਦੇ ਮੈਂ ਯਾਰ ਤੇ ਨਾ ਹੈ ਹੈਦਰ ਦਾ ਅਮਲਾਂ ਦੇ ਮੈਂ ਯਾਰ ਤੇ ਨਾ ਹੈ ਹੈਦਰ ਦਾ
ਕਮਲਾ ਦੇ ਮਿਆਤ ਨਹੀਂ ਹਦਰ ਦਾ ਲੜਕੇ ਨਾਲ ਅਲੀ ਦੇ ਮਾਂ ਬਦਨਾਮ ਨਾ ਕਰ ਅੰਮਾ ਦੇ ਕਿਰਦਾਰ ਤੇ ਨਾਹੀ ਹੈ ਸਾਰੇ ਨਾਰੇ ਦਾ ਜਵਾਬ ਦਿਓ ਮਿਹਰਬਾਨੀ ਜਨਾਬ ਬਸ ਦੋ ਤਰਾਏ ਦਿਨ ਰਹਿ ਗਏ ਹੱਜ ਦੇ ਹਾਜੀ ਪਹੁੰਚ ਗਏ ਹਾਜੀ ਤਾਂ ਉੱਥੇ ਮੌਜਾਂ ਕਰਦੇ ਹਾਜੀ ਪਹੁੰਚ ਗਏ ਬਾਬਾ ਇਮਰਾਨ ਸ਼ਾਹੀ ਪਹੁੰਚ ਗਈ ਹੈ ਗਾਜ਼ੀ ਰੰਗ ਲਾਵੇ ਕਸੀਦਾ ਉਹ ਹਾਜੀ 6 ਮਹੀਨੇ ਹੋ ਗਏ ਕੰਨ ਖਾ ਗਏ ਕੰਨ ਹਜ਼ਰਤ ਸਾਹਿਬ ਹੱਜ ਤੇ ਜਾ ਰਹੀਆਂ ਹੱਜ ਤੇ ਜਾ ਰਹੀ ਉੱਥੇ ਏਅਰਪੋਰਟ ਤੇ ਤੂੰ ਵੇਖਿਆ ਨਾ ਜਿਹੜੇ ਕੈਂਪ ਲੱਗੇ ਹੋਏ ਹਨ ਤੇ ਤੂੰ ਇਹਨਾਂ ਦੀਆਂ ਟੌਰਾਂ ਵੇਖੀ ਮੈਂ ਆਖਿਆ 5.5 ਲੱਖ ਏ ਮੈਂ ਵੰਜਣ ਲੱਗਾ ਹੱਜ ਤੇ ਤੇ ਉਹ ਕੋਈ ਸ਼ਰਈ ਮਜਬੂਰੀ ਆਈ ਜਿਸ ਵਾਸਤੇ ਮੈਂ ਨਹੀਂ ਜਾ ਰਹੀ ਵੱਧ ਮੈਂ ਜ਼ਿਆਰਤ ਤੇ ਲੱਗੀ ਅਗਲੇ ਸਾਲ ਜੀਂਦੇ ਹੋਏ ਤਾਂ ਜ਼ਰੂਰ ਹੱਜ ਤੇ ਵੈਸੂ ਹੱਜ ਸਾਰੇ ਜ਼ਾਕਰਾਂ ਤੇ ਵਾਜਿਬ ਏ ਸਾਰਿਆਂ ਤੇ ਵਾਜਿਬ ਮੈਂ ਅਗਲੇ ਸਾਲ ਜ਼ਰੂਰ ਵਈ ਸਾਂ ਲਾਲਾ ਤੇ ਮੈਂ ਰਲੇ ਵਈ ਸਾਂ ਕੰਨ ਖਾ ਗਏ ਹੱਜ ਤੇ ਜਾ ਰਹੀਆਂ ਅਸਾਂ ਕੋਈ ਤੈਨੂੰ ਰੋਕਿਆ ਤੂੰ ਵੰਨ ਤੇ ਸ਼ਾਲਾ ਪਿੱਛੇ ਹੱਟ ਹੀ ਨਹੀਂ ਉਦਾਂ ਹੀ ਦਾਦਕਿਆਂ ਕੋਲ ਰਹੋ ਜਿਹੜੇ ਰਸੂਲ ਨੂੰ ਸਲਾਮ ਹੀ ਨਹੀਂ ਕਰਨ ਦਿੰਦੇ ਇਹ ਜੋ ਤਾਂ ਸ਼ੋਰ ਪਾ ਦਿੱਤਾ ਹੈ ਹੱਜ ਤੇ ਜਾ ਰਹੀਆਂ ਹੱਜ ਤੇ ਜਾ ਰਹੀਆਂ ਓਏ ਹੱਜ ਤੇ ਵੈਸੇ ਕਿਆ ਕਰ ਸੇ ਤੂੰ ਜੋ ਉੱਥੇ 5.5 ਲੱਖ ਭਰ ਕੇ ਤੇ ਤੂੰ ਕਾਬੇ ਚ ਵੈਸੇ ਕਿਆ ਕਰ ਸੇ ਮੈਂ ਆਖਿਆ ਏ ਬਗਜ਼ੀ ਅਲੀ ਦੇ ਦਸਤਰ ਖਾਨ ਤੇ ਪੱਲਿਓ ਹੈ ਆਖਾ ਸੋਖਾ ਹੋ ਕੇ ਹੱਜ ਤੇ ਚੱਲਿਆ ਖਰਚਾ ਸ਼ਰਚਾ ਕਰਕੇ ਵੀ ਮਰ ਜਾਣਾ ਹੈ ਕਾਬੇ ਦੀ ਦੀਵਾਰ ਤੇ ਨਾ ਹੈ ਹੈਦਰ ਉੱਚੇ ਹੱਥ ਕਰੋ ਸਾਰੇ ਹੈਦਰੀ ਮਿਹਰਬਾਨੀ ਜਨਾਬ ਸੈਨ ਰਾਜ਼ੀ ਹੋ ਵੀ ਮਦੀਨੇ ਸ਼ਹਿਰ ਤੂੰ ਯਸਰਬ ਤੂੰ ਪ੍ਰਾਪਰ ਸ਼ਹਿਰ ਤੂੰ 2 ਮੀਲ ਬਾਹਰੋਂ ਇੱਕ ਜੰਗ ਹੋਈ ਹੈ ਜਿਸ ਜੰਗ ਦਾ ਨਾਮ ਹੈ ਜੰਗ ਉਹਦ ਜੰਗ ਉਹਦ ਮੇਰੇ ਖਰੇ 2-3 ਬੰਦਿਆਂ ਨੂੰ ਪਤਾ ਹੈ ਬਾਕੀ ਨਾ ਹੀ ਪਹਿਲੀ ਵਾਰੀ ਸੁਣ ਲਿਓ ਅੱਗੋਂ ਹੱਲੇ ਹੀ ਨੇ ਜੰਗ ਉਹਦ ਇਹ ਉਹ ਜੰਗ ਏ ਜਿਹਦੇ ਵਿੱਚ ਮਾਰਕਾ ਸਾਡੇ ਰਸੂਲ ਨੂੰ ਕੱਲਾ ਛੁੜੇਂਦੇ ਤੇ 220 ਦੀ ਸਪੀਡ ਤੇ ਪਹਾੜ ਹੀ ਟੱਪ ਗਏ ਲਾਲਾ ਉਹਦ ਦੇ ਪਹਾੜ ਐਂ ਕਰਕੇ ਵੇਖਣਾ ਪਊਂਦਾ ਐਂ ਖੁਦਾ ਦੀ ਕਸਮ ਏ ਇਹਨਾਂ ਮਿੰਟ ਲਾਇਆ ਹਾਂ ਇੰਜ ਮੋਟਰਵੇ ਤੇ ਗੱਡੀ ਨਹੀਂ ਭੱਜਦੀ ਜਿਵੇਂ ਭੱਜਣ ਯਾਰ ਕਮਾਲ ਏ ਇਹਨਾਂ ਬੰਦਿਆਂ ਦੀ ਕਮਾਲ ਏ ਜਿਹੜੇ ਉੱਤਰ ਸਿਰ ਕਰਕੇ ਹੁਣ ਸੀਨਾ ਚੌੜਾ ਕਰ ਦੇਣ ਹਾਲਾਂਕਿ ਹੁਕਮ ਏ ਕਿ ਬੰਦਾ ਨਮਾਜ਼ ਵਾਜਿਬ ਨਮਾਜ਼ ਖਿਲਾ ਪੜ੍ਹਦਾ ਹੋਵੇ ਤੇ ਨਬੀ ਸੱਡ ਮਾਰੇ ਫੌਰਨ ਨਮਾਜ਼ ਤੋੜ ਦੇ ਨਾ ਤੋੜੇ ਸੇ ਤਾਂ ਉਹ ਨਮਾਜ਼ ਤੇਰੇ ਘੋੜੇ ਮੂੰਹ ਤੇ ਮਾਰੀ ਦੇ ਤੇ ਰਸੂਲ ਨਾ ਚਾਹ ਕੇ ਇਸੇ ਜੰਗ ਚ ਨਬੀ ਪਾਕ ਦਾ ਦੰਦ ਮੁਬਾਰਕ ਸ਼ਹੀਦ ਹੋਏ ਜ਼ਖਮੀ ਹੋ ਗਏ ਜਨਾਬ ਹਮਜ਼ਾ ਸ਼ਹੀਦ ਹੋ ਗਏ ਕੱਲਾ ਰਸੂਲ ਬਚ ਗਿਆ ਕੱਲਾ ਮੌਲਾ ਅਲੀ ਕੱਲੇ ਆ ਗਏ ਉਹਨਾਂ ਆ ਕੇ ਨਬੂਤ ਨੂੰ ਸੰਭਾਲਿਆ ਤੇ ਰਸੂਲ ਪਾਕ ਪੁੱਛਿਆ ਸਾਰੇ ਭੱਜ ਗਏ ਨੇ ਯਾ ਅਲੀ ਤੂੰ ਖੁੱਲੇ ਈਮਾਨ ਆਖਿਆ ਤੈਨੂੰ ਕੱਲਾ ਛੋੜ ਕੇ ਭੱਜਾਂ ਦਾਇਰਾ ਇਸਲਾਮ ਚੋਂ ਬਾਹਰ ਹੋ ਜਾ ਹਾਏ ਤੇ ਇਹਨਾਂ ਵਾਸਤੇ ਕਿਆ ਖਿਆਲ ਹੈ ਜਿਹਨਾਂ ਨੂੰ ਸੜੇਂਦੇ ਰਹਿਣ
بس وہ منہ تو لتھی لوئی تے کیا کرے سی کوئی. مولا علی نہیں چھوڑیا میدان, فوراً تلوار نازل ہوئی ہے, ذوالفقار آ گئی ہے. ہوں ذوالفقار ہی پہلی بار سنیا نے, وہ کرم والے بولو اے اوا تلوار ہے جڑی ایتھوں مولا کھلوندے ہیں, 70 گز تے گھوڑے منہ والے دا سر کپ لین. تلوار دے کمالات ویکھ کے بھیڑیاں اکھیں ویندے ہیں, بھیڑیاں تے ڈیڈ وچ سول پائے گئے نے, تے مڑ کنڈ پچھو بہ کے تے پتہ نہیں کے بھوک دے. علی دے ہتھی تلوار آ گئی ہے, سانو ہاتھ ہی نہیں لاون دیندا, سانو وکھائیندا ہی نہیں. اس کو لوار نو ٹھپی دیتی آئی, کوئی آپ نہ خرچہ کیتا سو. عرش تو آ گئی ہے, سانو تلوار نہیں دینا. اے تا اودا انہاں دیاں بھوکا بند ہوئیاں جداں جنگ خندق وچ عمر بن عبد ود مولا فرمایا آخری ویلائی منگ, اس کے علی یا تلوار مینو دے, سائیں تلوار سٹ چھوڑی. کلہ بندہ 1000 بندے نال لڑدائی, ایڈا طاقتوار آئی, 20 منٹ گھلداری ہے, تلوار ہلی نہیں. اے اس لئے انہوں پتا لگا ہے شکر گندے نہیں سے ہو کھلے, چگل نہیں سے وڈ کھلے, نہیں تو ایڈا طاقتوار ہے جدا وہ نہیں چاہ سکے اصا کتنے چاہوں گی. نہ ہے ہی ہے دردا, مینو بڑا پتا ہے جتنا تسا بلیندے ہو, تے ہون میں بیٹھا رہی ہاں تے تو انہوں ویدہ رہی ہاں, میں تا ہر حال اچ راضی ہاں, میرا شعر سننا ہے. میں ایتھے ایک لفظ لایا ہے, اسا اکثر آنے ہیں پرانے ہیں کئی روٹی شوٹی آنے ہیں پانی شانی, ممتاز نو فون کر دے کوئی ساؤنڈ شاؤنڈ, ساؤنڈ لفظ ہو گیا تو شاؤنڈ ہو گیا محمل, محمل بے معنی لفظ ہوندا ہے. کدی کدی اے بے معنی محمل اے لفظ دا لباس خوبصورتی دا لباس پوا دیتا ہے. میں شعر پڑھنا ہے تو یہ دو گلاں وچ لاونی ہیں. اس مسجد نبوی آئی, دھمی دھمی دا ویل آئی, ایک بندہ تماشا بنائی بیٹھا آئی, علی سانو تلوار نو ہتھ نہیں لاون دیندا, کدی علی سانو تلوار دے وے تو سلمان اٹھیا ہے بڑی بے تکیائی نال, اس بندے دا کن نپ کے پیا دے اپنے زور تو زیادہ کم نہ کر کر, سوٹیاں شوٹیاں چاکا لڑیا شڑیا کر. جیو اچا بولو سارے حیدری, مہربانی سین راضی ہوئے, بسم اللہ. نہ ہے ہی نہ ہے ہی حیدر دا سلمان پیا دے اپنے دور تو زیادہ کم نہ کر کر, سوٹیاں چھوٹیاں چاکے لڑے آچڑے آکر, سوٹیاں چھوٹیاں چاکے بک بک جو لائی بیٹھا ہے پتا ہے جیڑی عرش برین تو نازل ہوئی ہے رب دی اس تلوار تے نہ ہے حیدر. عباس خدا وانگ کمالات دکھیں دے, عباس خدا وانگ کمالات دکھیں دے, عباس خدا وانگ خدا واگ کمالات دیکھ دے, عباس خدا واگ کمالات غازی دے کمالات انہاں وچ ایک کمال سن سے تیرا جگر ٹھروے سی, کمالات دیکھ دے ہتھ نال وی کوئی نہیں تے ودا رزق بندے, ہتھ نال وی کوئی نہیں تے ودا رزق بندے.
ਕਰ ਕਈਆ ਦੇ ਜਦਾਂ ਨਿਖੜ ਗਏ ਪਿਓ ਮਾਂ ਤੂੰ ਰਹਿ ਰੁੱਲੇ ਜ਼ੁਲਮ ਦੀ ਨਗਰੀ ਵਿੱਚ ਅੱਧ ਰਾਤ ਕੋ ਭੁੱਲ ਗਏ ਰਾਤ ਯਤੀਮ ਜੋ ਹਨ ਬੇਵਾਰਿਸ ਰਹੀ ਮਾਤ ਗੁਲੇ ਦੀ ਨਬਾਲਾ ਕੋ ਵਨ ਮਿਲੇ ਮਨ ਦਰਿਆ ਤੂੰ ਉਹ ਜਦਾ ਕੁਸ ਗਈ ਜੋੜੀ ਮੁਸਲਿਮ ਦੀ ਛੋਟ ਕਬਰ ਗਈ ਜ਼ਹਰ ਆਦੀ ਆਈ ਮੈਂ ਕਿੱਥੇ ਕਿੱਥੇ ਰੋਵਾਂ ਬਿਸਮਿਲਾ ਇੱਕ ਗੱਲ ਇੱਕ ਵੈਣ ਭਾਈ ਨੂੰ ਮਿੰਬਰ ਦੇਣਾ ਬੜਾ ਇੱਜ਼ਤਾਂ ਵਾਲਾ ਮੇਰਾ ਭਰਾ ਹੈ ਬੜੇ ਨਸੀਬਾਂ ਬਖਤਾਂ ਵਾਲਾ ਮੋਹਰਾਂ ਵਾਲਾ ਭਾਈ ਇਮਰਾਨ ਹੈਦਰ ਕਾਜ਼ਮੀ ਸਾਹਿਬ ਸਾਲ ਮੁੱਕ ਗਏ ਲਾਹੌਰ ਅਲੀ ਸੈਣ ਦੇ ਪੁੱਤਰਾਂ ਨੂੰ ਕੈਦ ਨਹੀਂ ਭੇਂਦੇ ਜ਼ਿੰਦਗੀ ਉਹ ਵੀ ਲਾਲਾ ਪੜ੍ਹਿਆ ਲਿਖਿਆ ਜ਼ਾਕਿਰਾਂ 6-7 ਸਾਲ ਮੈਂ ਦਰਸ ਪੜ੍ਹਿਆ ਮੈਂ ਫੇਲ ਇਹ ਹਰਾਮ ਸਮਝਦਾ ਰਿਵਾਇਤ ਨਾ ਹੋਵੇ ਤਾਂ ਤੇਰੇ ਰੁਆਵਣ ਵਾਸਤੇ ਬੰਦਾ ਰਿਵਾਇਤ ਕੋਈ ਜ਼ਰੂਰਤ ਨਹੀਂ ਕਿਹੜੀ ਜ਼ਰੂਰਤ ਥੋੜ੍ਹੀ ਇੱਜ਼ਤ ਸਾਈ ਪੂਰਾ ਸਾਲ ਚੈਲੰਜ ਤਾਰੀਖ ਇਸਲਾਮ ਨੂੰ ਬਾਕੀ ਸਾਰੀਆਂ ਰਿਵਾਇਤਾਂ ਜ਼ਈਫ ਹਨ ਇਹ ਰਿਵਾਇਤ ਠੀਕ ਹੈ 8 ਤੇ 9 ਜ਼ਿਲ ਹਜ ਦੀ ਦਰਮਿਆਨੀ ਰਾਤ ਇਹ ਬਾਬੇ ਤੋਂ ਨਿਖੜੇ ਹਨ ਤੇ ਪੂਰਾ ਸਾਲ ਕੈਦ ਰਹਿਣ ਵੱਧ ਸਾਲ ਬਾਅਦ ਉਹ ਰਾਤ ਆਈ 8 ਤੇ 9 ਦੀ ਦਰਮਿਆਨੀ ਰਾਤ ਮਸ਼ਹੂਰ ਸ਼ੀਆ ਆਈ ਮੋਮਿਨ ਆਈ ਇਹ ਕੋਸ਼ਿਸ਼ ਕਰਦਾ ਆਈ ਠੰਡਾ ਪਾਣੀ ਅੱਛਾ ਖਾਣਾ ਘਰ ਵਿੱਚੋਂ ਬਣਵਾ ਕੇ ਇਹ ਦਿੰਦਾ ਆਈ ਰਾਤ ਆਈ ਕੋਈ ਨਾ ਭੁੱਲਣ ਵਾਲਾ ਭੁੱਲ ਗਿਆ ਵੰਜ ਸੁੱਤਾ ਅੱਧੀ ਰਾਤ ਵੇਲੇ ਵਹਿਣ ਆਇਨ ਮੌਸਮ ਆ ਗਈ ਹੈ ਨਾ ਮਸ਼ਹੂਰ ਜਿਹੜੇ ਵਾਰਸਾਂ ਲਈ ਕੈਦੀ ਹਨ ਉਹਨਾਂ ਨੂੰ ਤਾਂ ਖਾਣੇ ਖਵਾਏ ਨਹੀਂ ਜਿਹੜੇ ਵਤਨਾਂ ਲਈ ਕੈਦੀ ਹਨ ਉਹਨਾਂ ਨੂੰ ਤਾਂ ਪਾਣੀ ਪਿਵਾਇਆ ਹੀ ਪਾਸਾ ਬਰਤੇਸ ਵਤ ਵਹਿਣ ਆਇਆ ਜਾਂ ਮੇਰੇ ਬਾਬੇ ਦਾ ਕਲਮਾ ਛੋੜ ਜਾਂ ਮੇਰੀ ਧੀ ਦੀ ਜੋੜੀ ਦਾ ਜੁਰਮ ਦੱਸ ਉੱਠੀ ਖੜਾ ਮਰ ਜਾਵਾਂ ਇਹ ਕੌਣ ਨੇ ਆਵਾਜ਼ ਇਹ ਤੁਹਾਡੇ ਰਸੂਲ ਦੀ ਧੀ ਕਿਉਂਕਿ ਜ਼ਾਕਰੀ ਦੀ ਇਬਤਦਾਈ ਇਸ ਮਜ਼ਮੂਨ ਤੋਂ ਜਿਹੜਾ ਨਵਾਂ ਜ਼ਾਕਿਰ ਆਉਂਦਾ ਨਾ ਮੈਂਬਰ ਤੋਂ ਉਹ ਇਹ ਇੱਕ ਦੋ ਬੰਦ ਪੜ੍ਹਦਾ ਜਾਂ ਇਹੋ ਪੜ੍ਹਦਾ ਤਾਂ ਇਬਤਦਾ ਤੋਂ ਜ਼ਾਕਰੀ ਦਾ ਮਜ਼ਮੂਨ ਇਹ ਹਰ ਬੰਦਾ ਜਾਣਦਾ ਸਾਰੇ ਜਾਣਦੇ ਹੋ ਇਹ ਜ਼ਾਕਿਰ ਦੀ ਮਿਹਨਤ ਹੁੰਦੀ ਹੈ 17 ਜੋੜ 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 ਕੇ ਪਤਾ ਨਹੀਂ ਕਿਹੜਾ ਲਫ਼ਜ਼ ਵੰਜ ਕੇ ਜਿਗਰ 'ਤੇ ਠੋਕਰ ਲਾਵੇ ਅਤੇ ਅੱਖੇ 'ਚੋਂ ਹੰਝ ਬਹਿ ਰਾਜਾ ਖਾਣੇ 'ਚ ਆਇਸ ਸਾਨੂੰ ਵੱਡਾ ਦੁੱਖ ਇਹ ਚਲੋ ਕੈਦ ਕੀਤਾ ਹਨ ਜ਼ੁਲਮ ਏ ਹਾਈ ਜਿਹੜੇ ਛੋਟੇ ਆਏ ਵੱਖਰੇ ਵੱਖਰੇ ਕੈਦ ਆ ਵੱਡੇ ਸੈਯਦ ਦੇ ਜ਼ਿੰਦਾਨ ਦਾ ਬੂਹਾ ਖੋਲਿਆ ਭਾਈਆ ਅਦਬ ਦਾ ਲਫ਼ਜ਼ ਪੜ੍ਹਦਾ ਅੰਦਰ ਆਵੇ ਤਾਂ ਜਿਹੜੀ ਮੁਸ਼ਤਰਕਾ ਦੀਵਾਰ ਆਈ ਮੱਥਾ ਰੱਖੀ ਬੈਠਾ ਤੂੰ ਜੋ ਨਹੀਂ ਬੋਲੇਂਦਾ ਦੱਸ ਮੈਂ ਗੱਲਾਂ ਕਹਿੰਦੇ ਨਾ ਅੰਮਾ ਕੋਲ ਨਾ ਭੇਣੀ ਕੋਲ ਪੈਰ ਨਪਕੇ ਦਾ ਸੈਯਦ ਮਾਫ਼ੀ ਮੰਗਦਾ ਖਾਣਾ ਖਾ ਫਰਮਿੰਦੇ ਨੇ ਬੇਵਾਰਿਸ ਕਿਸੇ 'ਤੇ ਨਾਰਾਜ਼ ਨਹੀਂ ਹੁੰਦਾ ਮਸ਼ਕੂਰ ਆਦਾ ਤੁਸਾਂ ਬੇਵਾਰਿਸ ਹੋਵੋ ਤਾਂ ਮੈਂ ਅੱਧੀ ਰਾਤ ਆਵਾਂ ਸੈਯਦ ਆਦਾ ਕੌਣ ਸਾਡਾ ਵਾਰਿਸ ਮਸ਼ਕੂਰ ਆਦਾ ਤੁਹਾਡੀ ਪਾਕ ਨਾਨੀ ਉੱਠੀ ਬੈਠਾ ਹੈ ਬਿਸਮਿਲਾ ਕਰਾਂ ਸਾਡੀ ਨਾਨੀ ਉਮੁਲ ਬਨੀਨ ਕੂਫੇ ਆ ਗਈ ਇਹ ਆਦਾ ਨਹੀਂ ਵੱਡੀ ਨਾਨੀ ਸੈਣ ਜ਼ਹਰਾ ਮੂੰਹ 'ਤੇ ਹੱਥ ਦੇ ਕੇ ਆਦਾ ਵਤਨਾ ਆਖੇ ਉਹ ਤਾਂ ਸਾਡੀ ਨਾਨੀ ਦੀ ਸੈਣ ਹੈ ਬਸ ਇੱਕ ਵੈਣ ਕਰਦਾ ਜਿਹੜੇ ਬੰਦੇ ਮਿਹਨਤ ਦੀ ਕਦਰ ਹੀ ਨਹੀਂ ਕਰਦੇ ਕਿਆ ਉੱਥੇ ਮੱਥਾ ਮਾਰਨਾ ਮੈਂ ਨਹੀਂ ਖਾਣਾ ਖਾਂਦਾ ਕਿਉਂ ਫਰਮਾਇਆ ਜਾਂਦਾ ਨਿੱਕਾ ਬਿਰਾ ਕੈਦ 'ਚ ਮਰ ਜਾਵੇ ਵੱਡੇ ਬਿਰਾ ਖਾਣਾ ਖਾਂਦੇ ਨੇ ਹੈਰਾਨ ਹੋਇਆ ਮਸ਼ਕੂਰ ਉਹ ਵੱਖਰਾ ਕੈਦ ਦੇ ਤੂੰ ਵੱਖਰਾ ਤੈਨੂੰ ਕਹਿ ਦੱਸਿਆ ਤੇਰਾ ਬਿਰਾ ਮਰ ਗਿਆ
ਫਰਮਾਇਆ ਨੇ ਮਿੱਟੀ ਤੇ ਬਹਿ ਅੱਧੀ ਰਾਤ ਆਈ ਹਰ ਕੋਈ ਸੁੱਤਾ ਪਿਆ ਈ ਮੁਹੰਮਦ ਨਾਮ ਹੈ ਵੱਡੇ ਸੈਯਦ ਦਾ ਮਸ਼ਕੂਰ ਦੇ ਗੱਲ ਚ ਬਹੀ ਪਾਈ ਚਾਚਾ ਮਸ਼ਕੂਰ ਪਹਿਲੇ ਜਿਹੜਾ ਮੈਂ ਛੱਡਾਂ ਉਹ ਮੈਨੂੰ ਜਵਾਬ ਦੇਂਦਾ ਈ ਅੱਜ ਸੁਬੋਲੇ ਮੈਂ ਹੱਕਲ ਮਾਰੀਏ ਮੈਂ ਕਿਹਾ ਇਬਰਾਹੀਮ ਸੁਣਾ ਸਾਲ ਮੁੱਕੀ ਐ ਕਿਵੇਂ ਪਈ ਨਿਭਦੀ ਐ ਬੜੀ ਦੇਰ ਦੇ ਬਾਅਦ ਮੁੱਕੀ ਹੋਈ ਆਵਾਜ਼ ਆਈ ਹੈ ਵੀਰ ਕਿਆ ਦੱਸਾਂ ਪਿਛਲੀ ਰਾਤ ਦਾ ਬਹੁਤ ਸਖਤ ਬੁਖਾਰ ਹੈ ਸਯਦਾ ਦੇ ਮੈਂ ਦੁਪਹਿਰਾ ਵੇਲੇ ਹੱਕਲ ਮਾਰੀਏ ਮੈਂ ਕਿਹਾ ਤਬੀਅਤ ਦਾ ਕਿਆ ਲਈ ਮੈਨੂੰ ਆਦਾਈ ਅੰਮਾ ਖਾਣ ਮੂੰਹ ਜਾਈ ਹੈ ਰੋਕਿਆ ਦੀ ਲੈ ਗਏ ਮੈਂ ਵੀਰਾ ਨੂੰ ਸੜੇਨਾ ਮੈਨੂੰ ਜਵਾਬ ਨਹੀਂ ਦੇਣਾ ਮਿੰਨਤ ਲਾ ਦਰਵਾਜ਼ਾ ਖੋਲ ਮੈਂ ਵੀਰਾ ਦੀ ਅੱਖਾਂ ਤੇ ਹੱਥ ਵੰਨ ਮਰਹਬਾ ਵਾਹ 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 ਭਲਾ ਹੋਵੀ ਸੈਨ ਰਾਜ਼ੀ ਹੋਵੀ ਮਸ਼ਕੂਰਾ ਦੇ ਸੈਯਦ ਨਾ ਰੋ ਆ ਤੈਨੂੰ ਫਿਰਾ ਮਿਲਾਵਾਂ ਅੱਧੀ ਰਾਤ ਦਾ ਵੇਲਾ ਈ ਛੋਟੇ ਸੈਯਦ ਦੇ ਦਿੰਦਾ ਉਹਦਾ ਦਰ ਖੁੱਲ੍ਹਾ ਵੱਡਾ ਇੰਜਾ ਹੈ ਜਿਵੇਂ ਪਹਾੜ ਤੂੰ ਪਾਣੀ ਢਾਂਦਾ ਹੈ ਆ ਕੇ ਡਿੱਠਸ ਤੇ ਪੇਸ਼ਾਨੀ ਦੇ ਬਾਹਰ ਸੁਦਾ ਪੀਏ ਸਯਦਾ ਦਾ ਚਾਚਾ ਗਵਾਹ ਬਣ ਵੰਜ ਮੇਰਾ ਵੀਰਾ ਨਮਾਜ਼ ਪੜਦਾ ਮਰ ਗਈ ਹੈ ਸਿਰਾਂ ਦੀ ਆ ਬੈਠੇ ਨਬਜ਼ ਤੇ ਹੱਥ ਲਾਇਆ ਸਾਦਾ ਅਜਾ ਜੀਂਦਾ ਹੈ ਮਸ਼ਕੂਰਾ ਦੇ ਤੂੰ ਸਰ ਝੋਲੀ ਜਵਾ ਮੈਂ ਕੋਈ ਹਕੀਮ ਬੁਲਾਵਾਂ ਹੱਥ ਬੰਨ ਕੇ ਆਦਾ ਹਕੀਮ ਦੀ ਲੋੜ ਨਹੀਂ ਦੀ ਮਰਜ਼ੀ ਜਾਣਦਾ ਹੁੰਦਾ ਇਲਾਜ ਜਾਣਦਾ ਮਸ਼ਕੂਰਾ ਦਾ ਦੀ ਮਰਜ਼ ਦਾ ਕਿਆ ਨਾ ਹੈ ਆਦਾ ਅੰਮਾ ਦਾ ਵੀ ਛੋੜਾ ਮਸ਼ਕੂਰਾ ਦੇ ਮੈਂ ਇਲਾਜ ਕਿੱਥੋਂ ਕਹਿੰਦਾ ਵਾ ਆਦਾ ਇਲਾਜ ਤਾਂ ਹੈ ਜੇ ਮਾਰੇ ਨਹੀਂ ਮਸ਼ਕੂਰਾ ਦਾ ਮੈਂ ਤਾਂ ਤੁਹਾਡਾ ਨੌਕਰ ਹਾਂ ਫਰਮਾਇਆ ਤੇਰੀ ਕੋਈ ਬੀਵੀ ਹੈ ਅਦਾ ਹਾਂ ਮੌਲਾ ਤੁਹਾਡੀ ਨੌਕਰੇ ਅਦਾ ਇੱਕੇ ਵਾਰੀ ਜ਼ਿੰਦਾਨ ਚ ਲੱਗੀ ਆਵੇ ਮੇਰੇ ਵੀਰਾ ਦਾ ਸਰ ਝੋਲੀ ਚ ਪਾ ਕੇ ਆਖੇ ਅੱਖੀ ਖੋਲ ਮਾਂ ਮਿਲਣ ਆਈ ਆਈ ਮੈਂ ਵਾਦਾ ਕਰੇ ਨਾ ਮੇਰਾ ਫਿਰਾ ਜਾਗ ਬੋਸੀ ਮਸ਼ਕੂਰ ਭੱਜੇ ਦਰਵਾਜ਼ੇ ਤਾਈ ਨਹੀਂ ਗਿਆ ਨਿੱਕੇ ਨਿੱਕੇ ਆ ਜੋੜ ਕੇ ਆਦਾ ਜੇ ਨਾਰਾਜ਼ ਨਾ ਹੋਵੇ ਤਾਂ ਧੀਆਂ ਹੀ ਰਲਾਈਆ ਅੱਲਾ ਜਾਣੇ ਸਾਡੀਆਂ ਭੈਣਾਂ ਕਿਹੜੇ ਜੰਗਲ ਚ ਮਰਹਬਾ ਇਹ ਚਾਹੁੰਦਾ ਹੈ ਜਿਹੜਾ ਸਾਰੇ ਕੁਰਲਾ ਪਏ ਇਹ ਚਾਹੁੰਦਾ ਹੈ ਇਹ ਮਨਜ਼ੂਰੀ ਹੈ ਬੜੇ ਖਲੂਸ ਨਾਲ ਮੇਰੇ ਫਿਰਾਵਾਂ ਫੋੜੀ ਵਿਛਾਈਏ ਅੱਧੀ ਰਾਤ ਦਾ ਵੇਲਾ ਹੀ ਘਰ ਆਏ ਸੁੱਤੀ ਬੀਵੀ ਨੂੰ ਜਗਾਇਆ ਸੁੱਤੀਆਂ ਧੀਆਂ ਨੂੰ ਹਾਂ ਨਾ ਲਾਇਸ ਜ਼ਿੰਦਾ ਆਉਂਦੇ ਬੂਹੇ ਤੇ ਆਏ ਮਸ਼ਕੂਰ ਦੀ ਬੀਵੀ ਹੱਥ ਬੰਨ ਕੇ ਆਦੀ ਹੈ ਸਾਰੇ ਬਾਹਰ ਖੜੋਵੋ ਅੰਦਰ ਕੱਲੀ ਹੋਏ ਸ ਮਸ਼ਕੂਰਾ ਦਾ ਕਿਆ ਵੰਜ ਕਰ ਸੇ ਅਧੀ ਵੰਜ ਵੇਦੀਆਂ ਏਡੇ ਨਿੱਕੇ ਬਾਲ ਮਾਵਾਂ ਦੇ ਬਗੈਰ ਮਿੱਟੀ ਦੇ ਕਿਵੇਂ ਅੰਦਰ ਆਵੇ ਤਾਂ ਵੱਡਾ ਛੋਟੇ ਨੂੰ ਬੈਠਾ ਦਈ ਤੂੰ ਜੋ ਬੋਲਿਆ ਮੈਂ ਕਹਿੰਦੀਆਂ ਮਿਲਦਾ ਕਿਉਂ ਕਰਾਂ ਉਹ ਵਤਨਾ ਲੈਣਾ ਸਾਂ ਤਾਂ ਯਤੀਮ ਹੈ ਹੱਥ ਬੰਨ ਕੇ ਆਦੀ ਨਾ ਰੋ ਮੈਂ ਆਈ ਖੜੀ ਹਾਂ ਫਰਮਾਇਆ ਮੇਰਾ ਫਿਰਾ ਜਗਾ ਐ ਸਤਲ ਸੁਣੇ ਤੇਰੀ ਹਾਏ ਨਿਕਲ ਵੈ ਸੀ ਗਾਜ਼ੀ ਜਾਣਦਾ ਹੈ ਜਦਾਂ ਸਯਦ ਆ ਕਿਆ ਫਿਰਾ ਜਗਾ ਹੱਥ ਬੰਨ ਕੇ ਆਦੀ ਹੈ ਜਗਾਵਣ ਤੇਰਾ ਫਿਰਾ ਆਈਆਂ ਮਗਰ ਪਹਿਲੇ ਦੱਸ ਜਦਾਂ ਵਤਨ ਤੇ ਸਮਝਦੇ ਆਵੇ ਤੁਹਾਨੂੰ ਮਾਂ ਕਿਵੇਂ ਜਗੈਂਦੀ ਹੈ ਉੱਠੀ ਖੜਾ ਰੋਕਿਆ ਦੇ ਨਰੂਆ ਸਾਲ ਮੁੱਕ ਗਏ ਇਲਾ ਮੁਸਲਮਾਨ ਸਾਨੂੰ ਇਤਲਾ ਮਾਰਿਆ ਸਾਨੂੰ ਅੰਮਾ ਦੇ ਪਿਆਰ ਭੁੱਲ ਗਏ ਸਯਦਾ ਦਾ ਜਦਾ ਦਿਲਾ ਦੇ ਸਾਨੂੰ ਮਰਹਬਾ ਤੁਸੀਂ ਮੇਰੇ ਖਿਆਲ ਥੱਕ ਗਏ ਹੋ ਮੈਂ ਆਖਰੀ ਇੱਕ ਵੈਣ ਪੜ੍ਹ ਦੇਣਾ ਭਾਈ ਨੂੰ ਮਿੰਬਰ ਦੇਣਾ ਅੱਧੀ ਰਾਤ ਦਾ ਵੇਲਾ ਹੀ ਸਿਰਾਂ ਦੀ ਆ ਬੈਠੀ ਪਹਿਲੇ ਸਰ ਤੂੰ ਚਾਦਰ ਲਹਾਈਐਸ ਮੂੰਹ ਤੂੰ ਜ਼ਿੰਦਾਨ ਦੀ ਧੂੜ ਪੂਜੀਐਸ ਵੱਤ ਝੁੱਕ ਕੇ ਮੱਥਾ ਚੁੰਮਿਆਸ ਵੱਤ ਅੱਖਾਂ ਚੁੰਮਕਿਆਂ ਦੀਆਂ ਅੱਖੀ ਖੋਲ ਮਾਂ ਮਿਲਣ ਆਈ ਆਈ ਜੈਨੂੰ ਮੁਦਾ ਤੋਂ ਗਈ ਆਈ ਮਾਂ ਦਾ ਨਾਂ ਸੁਣਨ ਤੂੰ ਸਿੱਖਦਾ ਵਧਾਈ ਅੱਖੀ ਖੁੱਲੀਆਂ ਸਖਤ ਬੁਖਾਰ ਆਈ ਵੱਤ ਬੰਦ ਕਰ ਗਈ ਹੈ ਜਿਵੇਂ ਦੀਆਂ ਧੀਆਂ ਬੈਠੀਆਂ ਮਾਂ ਹਟਾ ਸਾਂ ਜਗ੍ਹਾ ਨਹੀਂ ਹੈ ਪੈਰਾਂ ਵਾਲੇ ਪਾਸੇ ਆ ਬੈਠੀਆਂ ਪੈਰ ਚੁਮਕਿਆ ਦੀਆਂ ਕਈ ਨਿੰਦਰ ਆ ਗਈ ਆਈ ਭੈਣ ਈਦ ਮੰਗਣ ਆਈ ਅੱਖੀ ਬੰਦ ਰਹੀਆਂ ਬਾਈ ਵਜਾ ਗਿਆ ਦੂਵੇਂ ਆਈ ਓ ਜਦਾ ਬਾਬਾ ਹੀ ਮਾਰ ਆਦਾ ਯਤੀਮ ਆ ਗਏ ਸਦਕੇ ਭਲਾ ਹੋ ਵੀ
ਉਰਮੇ ਦਰਵੇਖ ਵੇਣ ਕਰੇਂਦਾ ਅਧੀਰਾ ਦਵੇ ਲਈ ਸ਼ਹਿਜ਼ਾਦੇ ਡਿੱਠੇ ਫਿਰਾ ਉਹਦੇ ਗੱਲ ਚ ਬਾਹਾਂ ਚ ਪਾਈਅਸ ਅਦੇ ਮਾਫੀ ਲੈ ਦੇ ਮੇਰੀ ਮਾਂ ਨਹੀਂ ਇਹ ਮੇਰੀਆਂ ਭੈਣਾਂ ਨਹੀਂ ਮਸ਼ਕੂਰ ਦੀ ਜ਼ੌਜਾ ਦੀ ਗੱਲ ਲਾ ਮੈਂ ਤੇਰੀ ਮਾਂ ਅਦੇ ਮਾਈ ਨਾਰਾਜ਼ ਨਾ ਹੋਵੇ ਜੇ ਤੂੰ ਮੇਰੀ ਮਾਂ ਹੋਵੇ ਆ ਤੇਰੇ ਸਰ ਤੇ ਚਾਦਰ ਨਾ ਹੋਵੇ ਮੈਂ ਖਾਬ ਡਿੱਠਾ ਬਾਜ਼ਾਰ ਚੰਮਾ ਬੁਰਕਾ ਖੜੀ ਮੰਗਦੀ ਹੈ ਆਦੀਆਂ ਚਾਦਰ ਡੇਵਾ ਮੈਂ ਗਾਜ਼ੀ ਦੀ ਭੇੜਾ ਜ਼ਮੀਨ ਹਲ ਗਈ ਹੈ ਦੀਵਾਰ ਟੱਕਰ ਮਾਰ ਕੇ ਛੋਟਾ ਵਦਾ ਦੈਨਤ ਮਾਣ ਕਰੇਂਦੀ ਹਵੇ ਅੰਮਾ ਸਾਡੇ ਸਾਹਮਣੇ ਪੇਕੇ ਮਾਤਮ ਕਰ ਆਦੀਆ ਵੇ ਮੈਂ ਡੇ ਵੀਰ ਅੱਬਾਸ ਦੇ ਜਾਲੀ।